ਸਰਕਾਰੀ ਪ੍ਰਾਇਮਰੀ ਸਕੂਲ ਪਮਾਲ ਵੱਲੋਂ ਬਲਾਕ ਪੱਧਰੀ ਖੇਡਾਂ ਕਰਵਾਈਆਂ ਗਈਆਂ। ਪ੍ਰਾਇਮਰੀ ਸਕੂਲ ਦੇ 5 ਸੈਂਟਰਾਂ ਨੇ ਖੇਡਾਂ ਵਿੱਚ ਭਾਗ ਲਿਆ ਅਤੇ ਜੇਤੂ ਟੀਮਾਂ ਨੂੰ ਸਨਮਾਨ ਪੱਤਰ ਦਿੱਤੇ ਗਏ। ਸਰਕਾਰੀ ਪ੍ਰਾਇਮਰੀ ਸਕੂਲ ਦੀ ਮੁੱਖ ਅਧਿਆਪਕਾ ਸ਼੍ਰੀਮਤੀ ਰਮਨਦੀਪ ਕੌਰ ਵੱਲੋਂ ਪਿੰਡ ਦੀ ਪੰਚਾਇਤ ਗੁੱਗਾ ਮਾੜੀ ਕਮੇਟੀ ਅਤੇ ਸਕੂਲੀ ਸਟਾਫ ਦਾ ਧੰਨਵਾਦ ਕੀਤਾ ਗਿਆ। ਸਟਾਫ ਵੱਲੋਂ 200 ਰੁਪਈਆ ਤੇ ਕੁਲਵਿੰਦਰ ਸਿੰਘ ਜੀ ਵੱਲੋਂ 500 ਰੁਪਈਆ। ਕੁਲਜਿੰਦਰ ਸਿੰਘ ਜੀ ਸਾਡੇ ਜੋ ਪ੍ਰਧਾਨ ਨੇ ਸਾਡੇ ਜ਼ਿਲ੍ਹਾ ਪ੍ਰੀਸ਼ਦ ਦੇ ਅਧਿਕਾਰੀ ਨੇ ਉਹਨਾਂ ਵੱਲੋਂ 500 ਰੁਪਈਆ। ਉਹਦੇ ਉੱਠਣ ਵਿੱਚ ਹਾਲੇ ਥੋੜੀ ਦੇਰ ਸੀ, ਕੱਚੀ ਨੀਂਦ ਰਹੀ, ਮੰਮੀ ਨੇ ਜਗਾ ਲਿਆ, ਉੱਠੇ ਤੋਂ ਹਾਕ ਮਾਰ ਕੇ ਠਾਸੀ ਬੁਲਾ ਲਿਆ, ਭੁੱਲੇ ਭੁੱਲੇ ਨੰਗੇ ਪੈਰੀ ਉੱਤਰੀ ਸੀ ਪੌੜੀਆਂ। Second position, Ayali Center. ਫੁੱਟਬਾਲ ਸੈਕਿੰਡ ਪੋਜੀਸ਼ਨ ਗੋਸ ਟੂ ਏਆਲੀ ਸੈਂਟਰ। ਏਆਲੀ ਸੈਂਟਰ ਦੇ ਟੀਚਰ ਆ ਜਾਓ ਜੀ ਫਟਾਫਟ। ਮੈਂ ਰਮਨਦੀਪ ਕੌਰ, ਹੈੱਡ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਪਮਾਲ। ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ। 2 ਦਿਨ ਦੀਆਂ ਖੇਡਾਂ ਸਾਡੀਆਂ, ਜਿਹਦੇ ਵਿੱਚ ਸਾਡੀਆਂ ਬਲਾਕ ਪੱਧਰੀ ਖੇਡਾਂ ਸੀਗੀਆਂ ਔਰ ਇਹਦੇ ਵਿੱਚ 47 ਸਕੂਲਾਂ ਦੇ 5 ਸੈਂਟਰਸ ਨੇ ਭਾਗ ਲਿਆ, ਜਿਹਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਸਾਡੀ ਮਦਦ ਕੀਤੀ ਗਈ ਆ। ਸਾਡੀ ਇੱਥੋਂ ਦੀ ਜਿਹੜੀ ਪੰਚਾਇਤ ਹੈਗੀ ਆ, ਉਹਨਾਂ ਨੇ, ਸਰਪੰਚ ਸਾਹਿਬ ਨੇ, ਮਾੜੀ ਦੀ ਕਮੇਟੀ ਨੇ, ਜਿਹਦੇ ਵਿੱਚ ਜਿਹਦੇ ਲਈ ਅਸੀਂ ਉਹਨਾਂ ਦਾ ਬਹੁਤ 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 ਧੰਨਵਾਦ ਕਰਦੇ ਹਾਂ। ਮੇਰਾ ਸਾਰਾ ਸਟਾਫ, ਸਾਡੇ ਜਿਹੜੇ ਹੈਗੇ ਨੇ ਪ੍ਰਬੰਧਕੀ, ਜਿਹੜੇ ਸਾਡੇ ਪ੍ਰਬੰਧਕ ਕਮੇਟੀ ਸੀਗੇ, ਇਹਦੇ ਵਿੱਚ ਪ੍ਰਬੰਧਕੀ ਕਮੇਟੀ ਜਿਹਦੇ ਵਿੱਚ ਸਾਡੇ CHTs, ਉਪ ਜ਼ਿਲ੍ਹਾ ਸਿੱਖਿਆ ਅਫਸਰ ਸਰਦਾਰ ਕੁਲਦੀਪ ਸਿੰਘ ਜੀ, CHTs, HTs ਅਤੇ ਜਿਹੜੇ ਸਾਡੇ ਬਾਕੀ ਮੇਰੇ ਨਾਲ ਦੇ ਅਧਿਆਪਕ ਨੇ, ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਅਤੇ ਇਸ ਤੋਂ ਅੱਗੇ ਜਿਹੜੀਆਂ ਟੀਮਾਂ ਨੇ ਇਹ ਜ਼ੋਨ ਪੱਧਰ ਦੇ ਵਿੱਚ ਜਾਣਗੀਆਂ, ਜਿਨ੍ਹਾਂ ਦੇ ਮੁਕਾਬਲੇ ਜਿਵੇਂ ਉੱਪਰੋਂ ਹਦਾਇਤ ਹੋਊਗੀ ਉਹਦੇ ਹਿਸਾਬ ਨਾਲ ਹੋਣਗੇ, ਅਤੇ ਉਹਦੇ ਵਿੱਚ ਸਾਡੀਆਂ ਟੀਮਾਂ ਭਾਗ ਲੈਣਗੀਆਂ। ਅਤੇ ਉਮੀਦ ਕਰਦੇ ਹਾਂ ਵੀ ਇਹ ਸਾਡੇ ਬੱਚੇ ਨੇ ਅਗਲੇ ਜਿਹੜੇ ਹੋਣ ਵਾਲੇ ਕੰਪੀਟੀਸ਼ਨ ਨੇ ਇਹਦੇ ਵਿੱਚ ਬਹੁਤ ਮੱਲਾਂ ਮਾਰਨਗੇ। ਧੰਨਵਾਦ।